ਰੈੱਡ ਅਲਰਟ ਜਾਰੀ ਕੀਤਾ ਗਿਆ ਕੱਲ ਮੌਸਮ ਕਿੱਦਾਂ ਦਾ ਰਹੂਗਾ ਲੋਕਾਂ ਨੂੰ ਬਹੁਤ ਜ਼ਿਆਦਾ ਬੇਸਬਰੀ ਨਾਲ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ ਥੋੜ੍ਹਾ ਜਿਹਾ ਦੱਸੋਗੇ ਜੀ ਕੱਲ੍ਹ ਵਾਸਤੇ ਜਿਹੜਾ IMD ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਕਾਫੀ ਕੋਲਡ ਕੰਡੀਸ਼ਨਸ ਔਰ ਕਾਫੀ ਡੈਂਸ ਫੋਗ ਪੰਜਾਬ ਦੇ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ ਸੋ ਉਹਦੇ ਵਾਸਤੇ IMD ਵੱਲੋਂ ਕੱਲ੍ਹ ਰੈੱਡ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਯੈਲੋ ਜਾਂ ਔਰੇਂਜ ਅਲਰਟ ਕੁਛ ਹਿੱਸਿਆਂ ਦੇ ਵਿੱਚ ਜਾਰੀ ਕੀਤਾ ਜੀ ਅਸੀਂ ਪਿਛਲੇ ਕੁਛ ਦਿਨਾਂ ਤੋਂ ਵੀ ਦੇਖ ਰਹੇ ਸੀਗੇ ਕਿ ਕਾਫੀ ਸਵੀਅਰ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਜੇ ਅਸੀਂ ਅੱਜ ਦਾ ਮੈਕਸਿਮਮ ਟੈਂਪਰੇਚਰ ਦੇਖੀਏ ਤਾਂ ਅੱਜ ਵੀ 11 ° C ਜੋ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਲਗਭਗ 7.2 ° C ਜਿਹੜਾ ਹੈ ਨੋਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਸੋ ਕਾਫੀ ਕੋਲਡ ਡੇਜ਼ ਜਿਹੜੇ ਚੱਲ ਰਹੇ ਹੈਗੇ ਨੇ ਸੋ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਉਹ ਵੀ ਹੁਣ ਨੋਰਮਲ ਤੋਂ ਨੀਚੇ ਆ ਗਿਆ ਹੈਗਾ ਔਰ ਆਉਣ ਵਾਲੇ 3-4 ਦਿਨ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਹਲੇ ਕਾਫੀ ਜਿਹੜੀਆਂ ਸਵੀਅਰ ਕੋਲਡ ਕੰਡੀਸ਼ਨ ਜਿਹਨੂੰ ਅਸੀਂ ਕੋਲਡ ਵੇਵ ਕਹਿੰਦੇ ਹਾਂ ਉਹ ਹੋਣ ਦੀ ਹੀ ਪ੍ਰੀਡਿਕਸ਼ਨ ਹੈ ਇਹਦੇ ਤੋਂ ਬਿਨਾਂ ਕਿਉਂਕਿ ਮਿਨੀਮਮ ਟੈਂਪਰੇਚਰ 4 ° ਤੋਂ ਨੀਚੇ ਵੀ ਜਾ ਸਕਦਾ ਸੋ ਉਹਨਾਂ ਕੰਡੀਸ਼ਨਸ ਦੇ ਵਿੱਚ ਫਰੋਸਟ ਅਕਰੰਸ ਦੀ ਵੀ ਸੰਭਾਵਨਾ ਹੈ ਔਰ ਇਹਦੇ ਵਾਸਤੇ IMD ਵੱਲੋਂ ਅੱਜ ਔਰ ਕੱਲ੍ਹ 2 ਦਿਨ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੇਹਾ ਮਲਿਕ 13 ਜਨਵਰੀ ਯਾਨੀ ਕਿ ਲੋਹੜੀ ਦਾ ਦਿਨ ਲੋਕਾਂ ਨੂੰ ਬੜੀ ਬੇਸਬਰੀ ਨਾਲ ਜਿਹੜਾ ਹੈ ਇੰਤਜ਼ਾਰ ਰਹਿੰਦਾ ਹੈ ਪਰ ਮੌਸਮ ਵਿਭਾਗ ਵੱਲੋਂ ਜਿਹੜਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਅੱਜ ਇਸ ਮੁੱਦੇ ਉੱਤੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਪਵਨੀਤ ਕੌਰ ਕਿੰਗਰਾ ਜੀ ਮੌਜੂਦ ਨੇ ਆਪਾਂ ਪੁੱਛਾਂਗੇ ਰੈੱਡ ਅਲਰਟ ਕਿਉਂ ਜਾਰੀ ਕੀਤਾ ਗਿਆ ਹੈ ਅਤੇ ਕੱਲ੍ਹ ਨੂੰ ਜਿਹੜਾ ਮੌਸਮ ਆ ਉਹ ਕਿੱਦਾਂ ਦਾ ਰਹੂਗਾ ਕਿਸ ਦੇ ਨਾਲ ਦਾ ਦੱਸ ਪੁੱਛਾਂਗੇ ਵੀ 14 ਤਰੀਕ ਨੂੰ ਮੌਸਮ ਹੋਰ ਕਿੱਦਾਂ ਦਾ ਰਹੂਗਾ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਮੈਮ ਰੈੱਡ ਅਲਰਟ ਜਾਰੀ ਕੀਤਾ ਗਿਆ ਕੱਲ੍ਹ ਮੌਸਮ ਕਿੱਦਾਂ ਦਾ ਰਹੂਗਾ ਲੋਕਾਂ ਨੂੰ ਬਹੁਤ ਜ਼ਿਆਦਾ ਬੇਸਬਰੀ ਨਾਲ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ ਥੋੜ੍ਹਾ ਜਿਹਾ ਦੱਸੋਗੇ ਜੀ ਅਸੀਂ ਪਿਛਲੇ ਕੁਛ ਦਿਨਾਂ ਤੋਂ ਵੀ ਦੇਖ ਰਹੇ ਸੀਗੇ ਕਿ ਕਾਫੀ ਸਵੀਅਰ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਬਣੀਆਂ ਹੋਈਆਂ ਸੀਗੀਆਂ ਡੇ ਟਾਈਮ ਟੈਂਪਰੇਚਰ ਨੋਰਮਲ ਤੋਂ ਕਾਫੀ ਨੀਚੇ ਚੱਲ ਰਿਹਾ ਸੀਗਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਆਲਮੋਸਟ ਨੋਰਮਲ ਜਾਂ ਨੋਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਜੇ ਅਸੀਂ ਅੱਜ ਦਾ ਮੈਕਸਿਮਮ ਟੈਂਪਰੇਚਰ ਦੇਖੀਏ ਤਾਂ ਅੱਜ ਵੀ 11 ° C ਜੋ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨੋਰਮਲ ਡੇ ਟਾਈਮ ਟੈਂਪਰੇਚਰ 18.2 ° C ਹੈ ਸੋ ਲਗਭਗ 7.2 ° C ਜਿਹੜਾ ਹੈ ਨੋਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਸੋ ਕਾਫੀ ਕੋਲਡ ਡੇਜ਼ ਜਿਹੜੇ ਚੱਲ ਰਹੇ ਹੈਗੇ ਨੇ ਬਟ ਜੇ ਅਸੀਂ ਅੱਜ ਦਾ ਮਿਨੀਮਮ ਟੈਂਪਰੇਚਰ ਦੇਖੀਏ ਤਾਂ ਇਹ ਵੀ ਅੱਜ 4.5 ° C ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨੋਰਮਲ 5.5 ° C ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਉਹ ਵੀ ਹੁਣ ਨੋਰਮਲ ਤੋਂ ਨੀਚੇ ਆ ਗਿਆ ਹੈਗਾ ਸੋ ਉਹਦੇ ਕਰਕੇ ਹੋਰ ਵੀ ਜਿਹੜੀਆਂ ਅਸੀਂ ਕੋਲਡ ਕੰਡੀਸ਼ਨਸ ਫੇਸ ਕਰ ਰਹੇ ਹਾਂ ਔਰ ਆਉਣ ਵਾਲੇ 3-4 ਦਿਨ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਹਲੇ ਕਾਫੀ ਜਿਹੜੀਆਂ ਸਵੀਅਰ ਕੋਲਡ ਕੰਡੀਸ਼ਨ ਜਿਹਨੂੰ ਅਸੀਂ ਕੋਲਡ ਵੇਵ ਕਹਿੰਦੇ ਹਾਂ ਉਹ ਹੋਣ ਦੀ ਹੀ ਪ੍ਰੀਡਿਕਸ਼ਨ ਹੈ ਔਰ ਡੈਂਸ ਟੂ ਵੈਰੀ ਡੈਂਸ ਫੋਗ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ ਇਹਦੇ ਤੋਂ ਬਿਨਾਂ ਕਿਉਂਕਿ ਮਿਨੀਮਮ ਟੈਂਪਰੇਚਰ 4 ° ਤੋਂ ਨੀਚੇ ਵੀ ਜਾ ਸਕਦਾ ਸੋ ਉਹਨਾਂ ਕੰਡੀਸ਼ਨਸ ਦੇ ਵਿੱਚ ਫਰੋਸਟ ਅਕਰੰਸ ਦੀ ਵੀ ਸੰਭਾਵਨਾ ਹੈ ਸੋ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹ ਕਾਫੀ ਕੋਲਡ ਰਹਿਣ ਵਾਲੇ ਨੇ ਔਰ ਡੈਂਸ ਟੂ ਵੈਰੀ ਡੈਂਸ ਫੋਗ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ ਔਰ ਇਹਦੇ ਵਾਸਤੇ IMD ਵੱਲੋਂ ਅੱਜ ਔਰ ਕੱਲ੍ਹ 2 ਦਿਨ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਮੈਮ ਰੈੱਡ ਅਲਰਟ ਕਿਉਂ ਜਾਰੀ ਕੀਤਾ ਗਿਆ ਹੈ ਕਾਰਨ ਕੀ ਹੈ ਅਤੇ ਕੱਲ੍ਹ ਨੂੰ ਜਿਹੜਾ ਮੌਸਮ ਆ ਉਹ ਕਿੱਦਾਂ ਦਾ ਰਹੂਗਾ ਕੱਲ੍ਹ ਨੂੰ ਜਿਹੜੇ ਧੁੱਪ ਨਿਕਲੂਗੀ ਕਿ ਨਹੀਂ ਨਿਕਲੂਗੀ ਜੀ ਕੱਲ੍ਹ ਵਾਸਤੇ ਜਿਹੜਾ IMD ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਕਾਫੀ ਕੋਲਡ ਕੰਡੀਸ਼ਨਸ ਔਰ ਕਾਫੀ ਡੈਂਸ ਫੋਗ ਪੰਜਾਬ ਦੇ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ ਸੋ ਉਹਦੇ ਵਾਸਤੇ IMD ਵੱਲੋਂ ਕੱਲ੍ਹ ਰੈੱਡ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਯੈਲੋ ਜਾਂ ਔਰੇਂਜ ਅਲਰਟ ਕੁਛ ਹਿੱਸਿਆਂ ਦੇ ਵਿੱਚ ਜਾਰੀ ਕੀਤਾ ਗਿਆ ਸੋ ਆਲੋ ਜੀ ਅਸੀਂ ਮੈਮ ਨਾਲ ਗੱਲ ਕਰ ਲਈਏ ਜੀ ਹਾਂ ਜੇਕਰ 13 ਤਰੀਕ ਦੀ ਗੱਲ ਕੀਤੀ ਜਾਵੇ ਤਾਂ 13 ਤਰੀਕ ਨੂੰ ਜਿਹੜਾ ਆ ਰੈੱਡ ਅਲਰਟ ਜਿਹੜਾ ਜਾਰੀ ਕੀਤਾ ਗਿਆ ਅਤੇ ਇਸ ਦੇ ਨਾਲ 14 ਤਰੀਕ ਦੀ ਆਪਾਂ ਗੱਲ ਕਰੀਏ ਤਾਂ 14 ਤਰੀਕ ਨੂੰ ਜਿਹੜਾ ਯੈਲੋ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੀ ਧੁੰਦ ਆ ਉਹ ਵੀ ਇਸ ਤਰੀਕੇ ਦੀ ਤੁਹਾਨੂੰ ਵੇਖਣ ਨੂੰ ਮਿਲੂਗੀ ਜਿਵੇਂ ਕਿ ਅੱਜ ਦੇ ਨੋਰਮਲੀ ਸਾਨੂੰ ਰੋਜ਼ ਦਿਨਾਂ ਦੇ ਵਿੱਚ ਵੇਖਣ
ਦੇਖਣ ਨੂੰ ਮਿਲਦੀ ਹੈ ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਸਾਹਿਲਾ।